ਪੰਜਾਬ ਵਿਚ ਪੰਚਾਇਤੀ ਚੋਣਾਂ ਨੂੰ ਲੈ ਕੇ ਕੁਝ ਪਿੰਡਾਂ ਵਿਚ ਪੰਚਾਇਤ ਸਰਵਸੰਮਤੀ ਨਾਲ ਬਣੀ। ਉੱਥੇ ਹੀ ਕਈ ਪਿੰਡ ਇਸ ਤਰ੍ਹਾਂ ਦੇ ਸੀ ਜਿੱਥੇ ਚੋਣਾਂ ਦੇ ਗਿਣਤੀ ਮੌਕੇ ਆਪਸ ਵਿਚ ਲੜਾਈ ਦੇਖਣ ਨੂੰ ਮਿਲੀ। ਜ਼ਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਚੱਬੇਵਾਲ ਦੇ ਪਿੰਡ ਸਲੇਮਪੁਰ ਵਿਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਚੋਣਾਂ ਖਤਮ ਹੋਣ ਤੋਂ ਬਾਅਦ ਚੋਣਾਂ ਦੀ ਗਿਣਤੀ ਸ਼ੁਰੂ ਕੀਤੀ ਤਾਂ ਸਰਪੰਚ ਦੀ ਸੀਟ ਤੇ ਖੜੇ ਦੋ ਉਮੀਦਵਾਰ ਇਕ ਵੋਟ ਪਿੱਛੇ ਆਪਸ ਵਿਚ ਲੜ ਪਏ। ਉਹਨਾਂ ਦੁਆਰਾ ਦੋਸ਼ ਲਗਾਏ ਗਏ ਕਿ ਚੋਣਾਂ ਦੀ ਗਿਣਤੀ ਵਿਚ ਧਾਂਦਲੀ ਕੀਤੀ ਗਈ ਹੈ। ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚੋਣਾਂ ਦੀ ਗਿਣਤੀ ਦੁਬਾਰਾ ਕੀਤੀ ਜਾਵੇ। 707 ਵੋਟਾਂ ਪੂਲ ਹੋਈਆਂ, 21 ਵੋਟਾਂ ਵਿੱਚੋਂ ਖਰਾਬ ਹੋਈਆਂ ਤੇ 686 ਵੋਟਾਂ ਟੋਟਲ ਸੀ। ਇੱਕ ਪਾਸੇ 233 ਵੋਟਾਂ, ਇੱਕ ਪਾਸੇ 217 ਵੋਟਾਂ, ਸਾਡਾ ਬਕਾਇਆ ਜਿਹੜਾ ਬਚਦਾ ਸੀ 236 ਵੋਟਾਂ। ਇਹਨੇ ਇੱਕ ਮਿੰਟ ਦੇ ਵਿੱਚ ਹੈ ਨਾ ਆਏ, ਸਾਡੇ ਕੋਲ ਕੁਛ ਨਹੀਂ ਪੁੱਛਿਆ। ਉਹਨਾਂ ਨੂੰ 35 ਵੋਟਾਂ 'ਤੇ ਸਾਡੀਆਂ 234, ਉਹਨਾਂ ਦੀਆਂ 235 ਕਰਕੇ ਜਿਤਾ ਕੇ ਸਾਡੀ ਸੁਣੀ ਨਹੀਂ। ਅਸੀਂ ਕਿਹਾ ਦੁਬਾਰਾ ਗਿਣਤੀ ਕਰਾਉਣ, ਸਾਡੀ ਨਹੀਂ ਸੁਣੀ, ਤਾਂ ਭੱਜ ਗਏ। ਨਹੀਂ, ਉਹਨਾਂ ਦਾ ਕਹਿਣਾ ਵੀ ਤੁਸੀਂ ਜਦੋਂ ਕਾਊਂਟਿੰਗ ਹੋਈ ਸੀ ਬਕਾਇਦਾ ਤੁਹਾਨੂੰ ਦਿਖਾਇਆ ਗਿਆ ਸੀ, ਦੱਸਿਆ ਗਿਆ? ਨਹੀਂ, ਕੁਛ ਨਹੀਂ ਸਰ, ਸਾਨੂੰ ਤਾਂ ਇੱਕ ਵੋਟ ਵੀ ਨਹੀਂ ਦਿਖਾਈ, ਕੁਛ ਨਹੀਂ ਦਿਖਾਇਆ। ਜਿਹੜੀਆਂ ਖਰਾਬ ਹੋਈਆਂ ਕਹਿੰਦੇ, ਤੁਹਾਨੂੰ ਕੀ ਲੱਗਦਾ ਕਿ ਕਿੱਥੇ ਲੈਪਸ ਹੈਗਾ, ਕੀ ਗਲਤੀ ਹੋਈ ਆ, ਕੀ ਜਾਣ ਬੁੱਝ ਕੇ ਇਹ ਕੰਮ ਕੀਤਾ ਜੀ? 233 ਵੋਟਾਂ ਤੋਂ ਜਬ ਸਾਡ 235 ਹੋ ਜਾਣੀਆਂ, ਇੱਕ ਵੋਟ ਤੇ ਹਰਾ ਦੇਣਾ ਜਿਹੜਾ ਬੰਦਾ ਤਿੰਨਾਂ ਵੋਟਾਂ ਜਿੱਤਿਆ ਸੀ। ਕੋਈ ਗੱਲ ਦੁਬਾਰਾ ਜਾਂ ਇਲੈਕਸ਼ਨ ਦੁਬਾਰਾ।